ਬਾਜ ਕੌਂਕਰੀ ਤੁਹਾਡੇ ਛੋਟੇ ਬ੍ਰਦਰ ਹਾਂਜੀ ਜਿਹਨਾਂ ਦਾ ਕਬੱਡੀ ਦੇ ਵਿੱਚ ਵਧੀਆ ਨਾਮ ਹੋਇਆ ਜੋ ਕਿ ਹਰਜੀਤ ਬਾਜਾਖਾਨਾ ਜੀ ਦੇ ਨਾਲ ਸੀ ਉਹਨਾਂ ਸਮਿਆਂ ਦੇ ਵਿੱਚ ਉਹਦੀ ਡੈਥ ਹੋਈ ਇਸ ਦੁਨੀਆ ਤੋਂ ਅਲਵਿਦਾ ਹੱਗ ਗਏ ਉਹ ਜਿਨ੍ਹਾਂ ਨੇ ਕਬੱਡੀ ਆਪਦੇ ਸਮੇਂ ਸੋਹਣੀ ਖੇਡੀ 62 ਕਿਲੋ ਦੇ ਵਿੱਚ ਮੈਂ ਅਕਸਰ ਹੀ ਸੁਣਦਾ ਹੁੰਨਾਗਾ ਤੇ ਤੁਹਾਡੇ ਛੋਟੇ ਬ੍ਰਦਰ ਸੀ ਕਿਸ ਤਰ੍ਹਾਂ ਦਾ ਪਿਆਰ ਸੀ ਤੁਹਾਡਾ ਜਾਂ ਫਿਰ ਤੁਸੀਂ ਉਹਨਾਂ ਨੂੰ ਗੁਣ ਸਿਖਾਏ ਸੀ ਕਿ ਉਹ ਆਪਣੇ ਆਪ ਕਬੱਡੀ ਖੇਡਣ ਲੱਗੇ ਸੀ ਉਹੋ ਜੀ ਮੈਨੂੰ ਦੇਖ ਕੇ ਮੇਰੇ ਨਾਲ ਲੱਗ ਗਿਆ ਮੈਂ ਬੜੀ ਮਿਹਨਤ ਕਰਾਈ ਉਹਦੀ ਤੇ ਫਿਰ ਹੌਲੀ ਹੌਲੀ ਮੈਂ ਜਦੋਂ ਬਾਹਰ ਚੱਲਿਆ ਗਿਆ ਉਹਨੂੰ ਉਦੋਂ ਹੋਰ ਜ਼ਿਆਦਾ ਸ਼ੌਂਕ ਹੋ ਗਿਆ ਵੀ ਮੈਂ ਵੀ ਬਾਹਰ ਜਾਊਗਾ ਤੇ ਵਧੀਆ ਪਲੇਅਰ ਹੋ ਗਿਆ ਉਹ ਪਿੰਡ ਚ ਵੀ ਉਹਨੇ ਥੋੜੇ ਮੈਚ ਲਾਏ ਫਿਰ ਉਹ ਰੋਂ ਤੇ ਉੱਥੇ ਚੱਲਿਆ ਗਿਆ ਉੱਥੇ ਸਾਡਾ ਜਦੋਂ ਪ੍ਰਾਉਣਾ ਪੜਾਉਂਦਾ ਸੀਗਾ ਹਾਈ ਸਕੂਲ ਚ ਫਿਰ ਉੱਥੇ ਨਾਲੇ ਪੜਦਾ ਸੀ ਨਾਲੇ ਉੱਥੇ ਮੈਚ ਹੋ ਰਹੇ ਨੇ ਮਿੱਤੇ ਹੋਣਾ ਨਾ ਫੌਜੀ ਹੋਣਾ ਨਾ ਇਹ ਖੇਡਦਾ ਰਿਹਾ 62 ਕਿਲੋ ਦੇ ਤੇ ਉੱਥੇ ਰਿਹਾ ਉਹ ਜਦੋਂ ਫਿਰ ਉਹਨੇ ਪੜ੍ਹਾਈ ਪੂਰੀ ਕਰ ਲਈ ਫਿਰ ਉਹ ਇੱਥੇ ਪਿੰਡ 'ਚ ਲੱਗ ਗਏ ਖੇਡਣ ਕੌਂਗੇ ਕਲਾ 'ਚ ਫਿਰ ਇੱਥੇ ਇਹਨਾਂ ਦੀ ਵਧੀਆ ਟੀਮ ਬਣ ਗਈ ਸੀ ਸਾਡੇ ਪਿੰਡ ਦਾ ਭੁੱਟੋ ਹੋਇਆ ਵਧੀਆ ਤੇ ਇਹ ਫਿਰ ਪਿੰਡ 'ਚ ਲੱਗੇ ਖੇਡਣ ਨੇ 62 ਕਿਲੋ ਪਿੰਡ 'ਚ ਖੇਡੇ ਤੇ 62 ਜੀ ਉੱਥੇ ਖੇਡੇ ਇੱਥੇ ਜਿੱਦਾਂ ਸਟਾਰਟਿੰਗ ਜੀ ਇੱਥੇ ਕੀਤੀ ਸੀਗੀ ਜਿੱਦਾਂ 57 ਕਿਲੋ ਦੀ ਜੀ ਫਿਰ ਉਹ ਇਥੋਂ ਵਿੱਚੋਂ ਹਟ ਕੇ ਉਹ ਉੱਥੇ ਜਦੋਂ ਪੜਨ ਲੱਗ ਗਿਆ ਫਿਰ ਉੱਥੇ 57 ਵੀ ਖੇਢੀ ਹੋਣੀ ਦਾ 62 ਖੇਢੀ ਸੀ ਸੌਰੀ ਤੇ 62 ਦੇ ਉੱਪਰ ਉਹ ਉੱਥੇ ਖੜਿਆ 57 ਇੱਥੇ ਖੇਢੀ ਇੱਕ ਇਸ ਤਰ੍ਹਾਂ ਦਾ ਜਪੀਸੀ ਦਾ ਜਪੀ ਬਹੁਤ ਵਧੀਆ ਸਾਰੇ ਲਗਾ ਸੀਗੇ ਜੀ ਉਹਦੇ ਤੁਹਾਡੇ ਵਾਲੇ ਲਗਾ ਸੀਗੇ ਤੁਹਾਡੇ ਤੋਂ ਲੱਗੇ ਸੀਗੇ ਜੀ ਉਹ ਤਾਂ ਜਿੱਦਾਂ ਗਾਜੀਆਂ ਦਾ ਕਾਲਾ ਫੜਦਾ ਵੀ ਹਰ ਇੱਕ ਲਾ ਉਹਨਾਂ ਦੇ ਨੇ ਲੱਗ ਜਾਂਦਾ ਸੀਗਾ ਸਾਰੇ ਐਂਗਲ ਤੋਂ ਲੱਗ ਜਾਂਦਾ ਸੀ ਤੇ ਖੋਚ ਤੋਂ ਵੀ ਪੜ ਲੈਂਦਾ ਹੀ ਗੋਟਾ ਵੀ ਪੜ ਲੈਂਦਾ ਹੀ ਤੇ ਫਲੈਂਕ ਇੰਚਿੰਗ ਮਾਰਨ ਦਾ ਡਾਈਵ ਉਹ ਮਾਰਦਾ ਹੈ ਆਈ ਮੈਂ ਇਹ ਸੁਣਦਾ ਕਿ ਉਹ ਸਮੇਂ ਦੇ ਵਿੱਚ ਰੌਂਦੇ ਦੀ ਟੀਮ ਤਕੜੀ ਸੀ ਕਿਉਂਕਿ ਫੌਜੀ ਹੋ ਗਿਆ ਮੀਤਾ ਹੋ ਗਿਆ ਵਧੀਆ ਰੈਡਰ ਸੀਗੇ ਤੇ ਜਾਫੀ ਸੀਗਾ ਵਧੀਆ ਫੌਜੀ ਉਸ ਤੋਂ ਉਹਦੇ ਨਾਲ ਖੇਡਦਾ ਹੁੰਦਾ ਸੀਗਾ ਪ੍ਰੀਤ ਅਦਦਾਰੇ ਵਾਲੀ ਆ ਉਹ ਵੀ ਉਹਨਾਂ ਇੰਨਾ ਸਮੇਂ ਤੇ ਖੇਡਿਆਗਾ ਜਾਂ ਇਹਨਾਂ ਨੇ ਖੇਡਿਆਗਾ ਕਿ ਤੁੰਗ ਵਾਲੀ ਦਾ ਅ ਦਾਲਾ ਤੁੰਗ ਵਾਲੀ ਯਾਨੀ ਕਿ ਇਕੱਠੇ ਜੇ ਖੇਡੇ ਹੈ ਮੇਰਾ ਖਿਆਲ ਇਹ ਇਹ ਤਲਵਾਰ ਪਹਿਲਾਂ ਖੇਡਿਆ ਸੀ ਤਲਵਾਰ ਪਹਿਲਾਂ ਖੇਡਿਆ ਸੀ ਜੀ ਯਾਨੀ ਕਿ ਪ੍ਰੋਪਰ ਟੀਮ ਮਿਲ ਗਈ ਸੀਗੀ ਹਾਂ ਪ੍ਰੋਪਰ ਮਿਲ ਗਈ ਸੀ ਬਾੜ ਦੇ ਵਿੱਚ ਤੁਹਾਨੂੰ ਬੱਸ ਦੱਸਦਾ ਹੋਵੇਗਾ ਮੈਂ ਇੱਥੋਂ ਜਿੱਤੇ ਇੱਥੋਂ ਜਿੱਤੇ ਤੁਹਾਨੂੰ ਪਤਾ ਲੱਗਦਾ ਹੋਵੇਗਾ ਬਾੜ ਦੇ ਵਿੱਚ ਇਹ ਬੜੇ ਜੀ ਘੋਲੀਆ ਵਗੈਰਾ ਤੋਂ ਪੈਂਡੋਂ ਵੀ ਆਬਦੇ ਰੌਂਤੇ ਤੋਂ ਵੀ ਤੇ ਜਨਜਤ ਦੇ ਰਹੇ ਆ ਬਾਟ ਕਿਲੋ ਵਧੀਆ ਟੀਮ ਹੁੰਦੀ ਸੀ ਮੀਤਾ ਵਧੀਆ ਰੇਡਾਂ ਪਾਉਂਦਾ ਸੀ ਜੈਫੀ ਵਧੀਆ ਸੀ ਤੇ ਫਿਰ ਇਹਨਾਂ ਨੇ ਉਹ ਓਪਨ ਦੇ ਵੀ ਥੋੜੇ ਜਿ ਮੈਚ ਲਾਏ ਉੱਥੇ ਫਿਰ ਜਦੋਂ ਇਹਦੀ ਉੱਥੋਂ ਪੜ੍ਹਾਈ ਪੂਰੀ ਹੋ ਗਈ ਫਿਰ ਪਿੰਡ 'ਚ ਖੇਡਣ ਲੱਗ ਗਏ ਜੀ ਪਿੰਡ ਦੀ ਇਹਨਾਂ ਦੀ ਟੀਮ ਠੀਕ ਹੋ ਗਈ ਵੈਸੇ ਆਇਆ ਕਹਿੰਦੇ ਕਿ ਹਰਜੀਤ ਦੇ ਨਾਲ ਜਿੰਨੇ ਵੀ ਪਲੇਅਰ ਸੀ ਜਦੋਂ ਡੈਥ ਹੋਈ ਹੈਗੀ ਜਿਵੇਂ ਕਿ ਉਹਨਾਂ ਦੇ ਵਿੱਚੋਂ ਸਭ ਤੋਂ ਟੌਪ ਤੇ ਜਾਨੀ ਕਿੰਨਾ ਦਾ ਨਾਮ ਸੀਗਾ ਜਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚ ਤਲਵਾਰ ਵਧੀਆ ਸੀ ਜੀ ਤੇ ਸੇਖੇ ਵਾਲਾ ਮੁੰਡਾ ਵਧੀਆ ਸੀ ਆਪਣਾ ਲੋਪੋ ਵਾਲਾ ਮੁੰਡਾ ਠੀਕ ਸੀ ਜਾਨੀ ਕਿ ਤਿੰਨੇ ਹੀ ਪਲੇਅਰ ਸੀ ਨਾਲ ਉਹਦੇ ਪਲੇਅਰ ਸੀ ਹਾਂ ਜੀ ਜਾਨੀ ਇਹ ਲੋਪੋ ਵਾਲਾ ਮੁੰਡਾ ਜਾਨੀ ਪੈਂਡਲ ਲੈਵਲ ਤੇ ਖੇਡਦਾ ਸੀਗਾ ਜੀ ਤੇ ਸੇਖੇ ਵਾਲਾ ਸਾਨੂੰ ਉੱਥੇ ਮੋਗੇ ਆ ਜਾਂਦਾ ਹੁੰਦਾ ਸੀ ਸਾਡੇ ਕੋਲੇ ਮੇਨਥ ਲਾਉਣ ਜੀ ਤੇ ਤਲਵਾਰ ਤਾਂ ਚਲੋ ਖੇਡਿਆ ਵਧੀਆ ਖੇਡਿਆ ਜੀ ਜਾਨੀ ਕਿ ਬਾਡਕਲਰ ਦੇ ਵਿੱਚ ਤੱਕ ਬਾਡ ਤੇ ਓਪਨ ਦੇ ਫਿਰ ਸਾਡੇ ਨਾਲ ਜਿਲ੍ਹੇ ਚ ਵੀ ਲਵਾਏ ਮੈਚ ਜੀ ਨੋ ਫੋਟੋ ਪਈਆਂ ਤੇ ਕਿੰਨੀ ਉਮੀਦ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਤਰ੍ਹਾਂ ਤੁਹਾਡਾ ਨਾਮ ਚਮਕਾਏਗਾ ਛੋਟਾ ਵੀਰ ਉਦੋਂ ਮੇਰਾ ਇਹਨੂੰ ਅ ਅਪਲਾਈ ਵੀ ਕੀਤਾ ਹੋਇਆ ਸੀ ਤੁਹਾਨੂੰ ਤੋਂ ਦੋ ਥੋੜਾ ਚਿਰ ਇਹਨਾਂ ਦੀ ਵੀ ਥੋੜਾ ਚਿਰ ਬਾਅਦ ਵੀਜ਼ਾ ਆ ਗਿਆ ਸੀ ਮਾਹਰੋਦ ਮਾਤਾ ਚਤ ਕੱਲੀ ਚਲੀ ਗਈ ਇਹਦੀ ਡੈਥ ਹੋ ਗਈ ਜੀ ਹੂੰ ਯਾਨੀ ਕਿ ਵੀਜ਼ਾ ਆ ਗਿਆ ਸੀ ਅਪਲਾਈ ਕਰਿਆ ਹੋਇਆ ਸੀ ਕਰਿਆ ਮੇਰਾ ਹਾਂਜੀ ਉੱਥੋਂ ਕੀਤਾ ਜੀ ਪੱਕੇ ਤੌਰ ਤੇ ਕੀਤਾ ਇਹ ਜੀ ਹੂੰ ਉਦੋਂ ਢਾਈਆਂ ਮਹੀਨੇ ਬਾਅਦ ਆ ਵੀਜ਼ਾ ਤੇ ਤੁਸੀਂ ਦੋਨੇ ਭਰਾ ਇਕੱਠੇ ਤਾਂ ਨਹੀਂ ਖੇਡੇ ਕਦੀ ਅਸੀਂ ਇਕੱਠੇ ਖੇਡੇ ਸੀ ਅਸੀਂ ਇਕੱਠੇ ਖੇਡੇ ਆ ਚੂੜ ਚੱਕ ਚ ਹੀ ਖੇਡੇ ਸੀ ਉਦੋਂ ਜਦੋਂ ਇਹਨਾਂ ਦੀ ਗਾਕਲਾਂ ਦੀ ਟੀਮ ਆਈ ਆ ਸਿੱਧਵੀ ਜੀ ਉਦੋਂ ਮੈਂ ਤੇ ਇਕੱਠੇ ਖੇਡੇ ਸੀ ਅਸੀਂ ਉਹ ਟੀਮ ਖਰਾਤੀ ਸੀ ਉਹ ਲੱਖੇ ਹੋਣੀ ਤੇ ਮਹੌਨਿਆ ਹੋਣੀ ਹੋਣੀ ਨੇ ਏਦਾਂ ਤੇ ਤੁਹਾਡੇ ਨਾਲ ਖੇਡਦਾ ਸੀ ਤੁਹਾਡੇ ਉਹ ਚਿਪਕੇ ਖੇਡਦਾ ਸੀ ਕਿ ਐਂ ਕਹਿੰਦਾ ਸੀ ਚੱਲ ਮੈਨੂੰ ਛੱਡੋ ਮੇਤੋਂ ਉਦਾਂ ਜਾਗਦਾ ਹੁੰਦਾ ਪਰ ਮੈਂ ਉਹਨੂੰ ਕਹਿੰਦਾ ਹੁੰਦਾ ਕਿ ਤੂੰ ਖੁੱਲ ਕੇ ਖੇਡ ਚਾ ਕੀ ਨਾ ਜਿੱਥੋਂ ਤੇਰਾ ਜੀ ਕਰਨ ਦਾ ਫੜ ਲਾ ਲੱਗ ਜਾ ਮੈਨੂੰ ਨਾ ਪੁੱਛੀ ਤਾਂ ਫਿਰ ਉਹ ਫਿਰ ਹੌਸਲਾ ਫੜ ਲੈਂਦਾ ਫੇਰ ਕਹਿੰਦੇ ਕੋਈ ਨਹੀਂ। ਯਾਨੀ ਕਿ ਕੋਈ ਨਹੀਂ। ਹਾਂ ਜੀ ਜੀ। ਤੇ ਜੱਫੇ ਵਧੀਆ ਲਾਉਂਦਾ ਸੀ। ਜੱਫੇ ਵਧੀਆ ਜੀ। ਫਿਰ ਉਹਦੇ ਲਗਾ ਮੇਰੇ ਨਾਲੋਂ ਵੀ ਜ਼ਿਆਦਾ ਸੀ। ਬੱਸ ਉਹਦਾ ਨਾ ਯਾਨੀ ਉਹ ਸ਼ੋਅ ਹੁੰਦਾ ਸੀ ਉਸ ਤੋਂ ਉਹ ਤੋਂ ਪਹਿਲਾਂ ਤੁਰ। ਉਸ ਤੋਂ ਪਹਿਲਾਂ ਤੁਰ ਗਿਆ। ਖੇਡਦਾ ਬਹੁਤ ਸੀ ਜਦੋਂ ਖੇਡਦਾ ਹੀ ਨਾ ਗੁੱਸੇ ਨਾਲ ਖੇਡਦਾ ਏ। ਡਰ ਕੇ ਨਹੀਂ। ਕਿਹੜਾ ਚਾਹ ਤਗੜਾ ਰੇਡਰ ਚਾਹ ਮਾਰਾ ਕੋਈ ਉਹਨੂੰ ਪੈਣ ਆ ਜਾਣੀ। ਜਦੋਂ ਇਸ ਦੁਨੀਆ ਤੋਂ ਗਿਆ ਇਹ ਤੁਹਾਡਾ ਛੋਟਾ ਵੀਰ ਕਿੰਨੀ ਉਮਰ ਸੀ ਉਦੋਂ ਜੀ? ਉਦੋਂ ਉਹਦੀ ਉਮਰ ਇਹ 24 ਸਾਲ ਦੀ ਹੋ ਮੇਰਾ ਖਿਆਲ ਨਹੀਂ ਕਿਉਂ ਯਾਨੀ ਕਿ ਤੇ 24 ਸਾਲ ਦੀ ਉਮਰ ਸੀ ਜੀ ਜੀ ਮੈਂ ਸ਼ੋਰ ਨਹੀਂ ਮੈਰਿਡ ਸੀ ਕਿ ਆਨ ਮੈਰਿਡ ਨਹੀਂ ਆਨੋ ਮੈਰਿਡ ਸੀ ਤੇ ਜਿਵੇਂ ਕਿ ਤੁਸੀਂ ਵਿਦੇਸ਼ ਤੋਂ ਆਉਂਦੇ ਸੀ ਖੇਡਣ ਇੱਥੇ ਤੇ ਤੁਹਾਡੇ ਤੋਂ ਬਾਅਦ ਖੇਡਣ ਲੱਗਿਆ ਪਿੰਡ ਦੀ ਟੀਮ ਬਣਾ ਕੇ ਖੇਡਣ ਲੱਗੇ ਕਿ ਤੁਸੀਂ ਚੂੜ ਚੱਕ ਦੇ ਵਿੱਚ ਖੇਡਦੇ ਰਹੇ ਦੋਨੇ ਭਰਾ ਨਹੀਂ ਮੈਂ ਤਾਂ ਚੂੜ ਚੱਕ ਚ ਖੇਡ ਲਿਆ ਜਦੋਂ ਬਾਹਰੋਂ ਵੀ ਆਉਂਦੇ ਸੀ ਉਦੋਂ ਵੀ ਮੈਂ ਚੂੜ ਚੱਕੀ ਚ ਖੇਡਦਾ ਸੀ ਇਹ ਕੌਂਕਾ ਚ ਕਦੀ ਇਤਰਾਜ਼ ਤਾਂ ਨਹੀਂ ਲੱਗਿਆ ਤੁਸੀਂ ਇੱਕ ਬਰਦਰ ਉਧਰ ਖੜੀ ਹੁੰਦੇ ਇੱਕ ਉਧਰ ਖੇਢੀ ਜਾਂਦਾਗਾ ਨਹੀਂ ਜਦੋਂ ਦੋਨੇ ਇਕੱਠੇ ਖੇਡਦੇ ਮੈਂ ਤਾਂ ਉਦੋਂ ਤਾਂ ਫਿਰ ਅਸੀਂ ਪੂਰੇ ਜਾਨੀ ਮੈਨੂੰ ਚੂੜ ਚੱਕਦਾ ਹੀ ਕਹਿਣ ਲੱਗ ਗਏ ਸੀ ਜੀ ਤੇ ਉਦੋਂ ਫਿਰ ਮੈਨੂੰ ਤਰਾਜ ਨਹੀਂ ਕਰਦੇ ਸੀ ਜੀ ਇਤਰਾਜ਼ ਹੋਇਆ ਹੋਵੇ ਕਿਤੇ ਤਰਾਜ ਸਾਡਾ ਇੱਕ ਵਾਰੀ ਸਾਨੂੰ ਚੱਕਰਨੇ ਨਹੀਂ ਖੇਡਣ ਦਿੱਤਾ ਸੀ ਸਾਡਾ ਮਾਲਕਿਆ ਨਾਮ ਐਸ ਸੀ ਉਦੋਂ 62 ਕਿਲੋ ਦਾ ਸੀ ਜੀ ਤੇ ਉਹ ਉਦੋਂ ਉਹ ਕਮੇਟੀ ਨੇ ਸਾਨੂੰ ਖੇਡਣ ਨਹੀਂ ਦਿੱਤਾ ਸੀ ਤੇ ਜਦੋਂ ਮੇਰੇ ਵੀ ਲੀੜੇ ਲਾਏ ਹੋਏ ਸੀ ਉਹ ਜਦੋਂ ਕਮਾਂ ਰੇਡ ਆਉਂਦਾ ਸੀ ਤੇ ਮੈਂ ਸੈੱਟ 'ਚ ਜਾਵਣਾ ਉਹਨੇ ਉਦੋਂ ਹੀ ਕਰਦਾਂ ਰੋਕੋ ਮੈਚ ਮੈਂ ਨਹੀਂ ਖੇਡਣ ਦੇਣਾ ਉਹ ਤਿੰਨ ਚਾਰ ਆਰੀ ਆਏ ਮੈਂ ਕੀਤਾ ਮੈਂ ਤਾਂ ਹੁੰਦਾ ਮੈਂ ਕਿਹਾ ਚਲ ਸ਼ੌਕਲ ਕਰਦੇ ਆ ਉਹਨੂੰ ਦੇ ਦੇ ਤੇ ਯਾਨੀ ਉਹਦੋਂ ਹੋਇਆ ਸੀ ਇੱਕ ਵਾਰੀ ਯਾਨੀ ਮੈਂ ਕਿ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਉੱਪਰ ਕੀ ਆਈ ਉਹ ਕਲੱਬ ਨੂੰ ਸਪੋਰਟ ਸੀ ਕਿ ਨਹੀਂ ਤੁਹਾਡੀ ਹਾਂ ਉਹਨਾਂ ਨੂੰ ਸਪੋਰਟ ਸੀ ਹਾਂ ਉਹ ਨੀਚੇ ਉਹ ਸੀਗੀ ਸਪੋਰਟ ਆਪਣੇ ਚੈਲੇਂਜ ਦੀ ਟੀਮ ਬਣਾਈ ਹੋਈ ਤੇ ਹੁਣ ਚਲੋ ਨਹੀਂ ਬਣਾਈ ਪਹਿਲਾਂ ਜਿੰਨੀਆਂ ਚੱਤ ਰਹੀ ਆਪਾਂ ਸਪੋਰਟ ਕਰਦੇ ਨੇ ਤਾਂ ਤੁਹਾਡੇ ਛੋਟੇ ਵੀਰ ਤਲਵਾਰ ਦੇ ਨਾਂ ਤੇ ਕੋਈ ਸੰਸਤਾ ਪਿੰਡ ਦੇ ਵਿੱਚ ਬਣੀ ਹੋਈ ਜਾਂ ਕੋਈ ਚੀਜ਼ ਸਾਡੇ ਉਹਦੇ ਨਾਂ ਤੇ ਸਟੇਡੀਅਮ ਬਣਿਆ ਬਕਾਇਦਾ ਸਕੂਲ ਉਹਦੇ ਨਾਂ ਤੇ ਬਣਿਆ ਇੱਕ ਆਪਣੇ ਸੜਕ ਦਾ ਨਾਮ ਰੱਖਿਆ ਉਹਦੇ ਨਾਂ ਤੇ ਤਲਵਾਰ ਮਾਰਕ ਕੋਈ ਗੁੱਸਾ ਕਿਲਾ ਤਾਂ ਨਹੀਂ ਸਰਕਾਰ ਤੇ ਨਾ ਜੀ ਨਾ ਕੋਈ ਕੁਝ ਬਹੁਤ ਕੀਤਾ ਜੀ ਬਾਦਲ ਸਾਹਿਬ ਸਾਡੇ ਘਰੇ ਆਏ ਸੀ ਉਹਨਾਂ ਸਮੇਂ ਜੀ ਉਹਨਾਂ ਦਾ ਭੋਗ ਸੀਗਾ ਹਜੇ ਦੇ ਭੋਗ ਤੋਂ ਬਾਅਦ ਮੈਂ ਨਾ ਰੱਖਿਆ ਗਿਆ ਸੀ ਭੋਗ ਹਾਂਜੀ ਇੱਥੇ ਉਦੋਂ ਕੀ ਸੀ ਹਾਂ ਮੈਂ ਤਾਂ ਉੱਥੇ ਸੀਗਾ ਜੀ ਮੈਂ ਕਬੀਕ ਪਹਿਲਾਂ ਹੀ ਚੱਲਿਆ ਗਿਆ ਸੀ ਉੱਥੇ। ਜਾਣੀ ਆ ਨਹੀਂ ਸਕਿਆ। ਆ ਨਹੀਂ ਸਕਿਆ। ਉਦੋਂ ਫਿਰ ਮੈਂ ਤਾਂ ਨਹੀਂ ਆ ਸਕਿਆ ਵਾਈਫ ਨੂੰ ਬੇਬੀ ਹੋਣ ਵਾਲਾ ਸੀ। ਤੇ ਵਾਈਫ ਨੂੰ ਬੇਬੀ ਹੋਣ ਵਾਲਾ ਸੀ ਤੇ ਮੈਂ ਉੱਥੇ ਹੀ ਗੱਲ ਮੋੜ ਕੇ ਲੈ ਕੇ ਆਉਣਾ ਚਾਹਣਾ। ਤੇ ਬੇਬੀ ਦਾ ਨਾਮ ਵੱਡੇ ਬੇਟੇ ਦਾ ਮਨ ਲੱਗਾ ਤੁਸੀਂ ਨਾਮ ਤਲਵਾਰ ਹੀ ਰੱਖਿਆਗਾ। ਹਾਂਜੀ ਉੱਥੇ ਨਾ ਟੂਰਨਾਮੈਂਟ ਸੀ ਮੈਟਰੋ ਪੰਜਾਬੀ ਸਪੋਰਟ ਖਲਪ ਦਾ। ਤੇ ਉਦੋਂ ਟੂਰਨਾਮੈਂਟ ਸੀ ਤੇ ਮੈਂ ਹਸਪੀਟਲ ਚ ਗਿਆ ਹੋਇਆ ਸੀ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਵੀ ਬੇਬੀ ਹੋਇਆ ਇਹਨਾਂ ਨੇ ਫਿਰ ਉਹ ਕਲੱਬ ਨੇ ਮੈਨੂੰ ਮਨ ਨਹੀਂ ਪੁੱਛਿਆ ਇਹਨਾਂ ਨੇ ਕਲੱਬ ਨੇ ਹੀ ਨਾਂ ਰੱਖਤਾ ਸੀ ਤਲਵਾਰ ਵੀ ਅਸੀਂ ਤਲਵਾਰ ਹੀ ਰੱਖਣਾ ਮੈਂ ਕਿਹਾ ਕੋਈ ਨਹੀਂ ਜਿਹੜਾ ਤੁਸੀਂ ਰੱਖਤਾ ਠੀਕ ਤੇ ਤੁਹਾਡਾ ਬੇਟਾ ਤਲਵਾਰ ਦੀ ਤਰ੍ਹਾਂ ਖੇਡ ਸਕਿਆ ਕਿ ਨਹੀਂ ਉੱਥੇ ਕੈਨੇਡਾ 'ਚ ਨਹੀਂ ਜੀ ਉਹ ਥੋੜਾ ਜਿਦਾ ਅੰਡਰ 10 'ਚ ਲਾਇਏ ਉਹਨੇ ਮੈਚ ਥੋੜੇ ਜੇ ਪਰ ਉਹ ਬਾਅਦ 'ਚ ਉਹਨੇ ਲਾਇਕ ਨਹੀਂ ਕੀਤਾ ਕਹਿੰਦਾ ਨਹੀਂ ਮੈਂ ਇੰਟਰਸਟ ਨਹੀਂ ਗਾ ਨਹੀਂ ਕੀਤਾ ਤੁਸੀਂ ਕਿਹਾ ਹੋਵੇ ਮੈਂ ਕਿਹਾ ਸੀ ਉਹਨੇ ਫਿਰ ਮੁੰਡੇ ਕੋਲ ਜਿੱਦਾਂ ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਉਹਨੇ ਦੇਖਿਆ ਕਬੱਡੀ ਦੇ ਵਿੱਚ ਉਹਨੇ ਮੈਨੂੰ ਆ ਕੇ ਦੱਸਿਆ ਮੈਂ ਕਿਹਾ ਰੱਜੀ ਦਾ ਦਿਲ ਕਰਦਾ ਖੇਡ ਲੈਣਾ ਹੀ ਰਹਿਣ ਦੀ ਕਹਿੰਦਾ ਨਹੀਂ ਮੈਂ ਨਹੀਂ ਖੇਡਣਾ ਤੁਸੀਂ ਦੱਸਿਆ ਬੋਲ ਵੀ ਨਹੀਂ ਰੇ ਬੋਲ ਵੀ ਬਹੁਤ ਕੁਝ ਰਹੇ ਆ ਤੁਹਾਡੇ ਸਮੇਂ ਸੀ ਚੀਜ਼ ਨਹੀਂ ਸੀ ਕਬੱਡੀ ਉਦੋਂ ਹੈ ਨਹੀਂ ਸੀ ਅਸੀਂ ਤਾਂ ਇਹ ਸੁਣਦੇ ਆ ਕਿ ਉਦੋਂ ਤੁਸੀਂ ਕਬੱਡੀ ਚ ਆ ਗਏ ਸੀ ਚੀਜ਼ਾਂ ਇਹ ਨਹੀਂ ਜੀ ਉਦੋਂ ਕੁਝ ਨਹੀਂ ਹੁੰਦਾ ਇਹ ਤਾਂ ਇੱਕ ਬਾਤ ਹੀ ਹੈ ਇਹਨਾਂ ਦੀ ਡੈਥ ਤੋਂ ਜੀ ਹੂੰ ਪਹਿਲਾਂ ਕੋਈ ਨਹੀਂ ਕਈ ਤਾਂ ਹਰਜੀਤ ਨੂੰ ਕਰੀ ਜਾਂਦੇ ਉਹ ਐ ਸੀ ਉਹ ਐ ਕਰਦਾ ਸੀ ਉਹ ਕਰਦਾ ਸੀ ਅਸੀਂ ਤਾਂ ਦੇਖਿਆ ਨਹੀਂ ਕਦੇ ਸਾਡੇ 24 ਘੰਟੇ ਨਾਲ ਰਹਿੰਦੇ ਸੀ ਇਕੱਠੇ ਪੈਂਦੇ ਸੀ ਇਕੱਠੇ ਉੱਠਦੇ ਸੀ ਕਈ ਪੁਰਾਣੇ ਪਲੇਅਰ ਵੀ ਕਹਿ ਦਿੰਦੇ ਆ ਵੀ ਉਹ ਕਰਦਾ ਸੀ ਐ ਕਰਦਾ ਸੀ ਸਭ ਗਲਤ ਝੂਠ ਹੈ ਜੈਲਸ ਕਰਦੇ ਜਿਹੜੇ ਲੋਕ ਉਹਨਾਂ ਨੇ ਕਹਿਣਾ ਹੀ ਕਹਿਣਾ ਸਹੀ ਗੱਲ ਹੈ ਉਹ ਜੈਲਸ ਕਰਦੇ ਜੈਲਸ ਕਰਦੇ ਕਹਿੰਦੇ ਕਹਿੰਦੇ ਅਸੀਂ ਤਾਂ ਉਸੇ ਦੇਖਿਆ ਨਹੀਂ ਜਾਂ ਸਾਨੂੰ ਕੋਈ ਦਾਸ ਦੇ ਕੋਈ ਸਬੂਤ ਦੇ ਦੇ ਫੇਰ ਤਾਂ ਹੈ